ਲੋ ਜੀ ਬਾਬਿਓ ਗੁੱਡ ਮਾਰਨਿੰਗ ਹੋ ਗਈ ਹੈ ਜੀ ਤੜਕੇ ਉੱਠ ਗਿਆ ਤੁਹਾਡਾ ਵੀਰ 5 ਵਜੇ ਉੱਠ ਕੇ ਉਹ ਕੀਤਾ ਜੋ ਸਭ ਕਰਦੇ ਆ ਕੋਠੇ ਤੇ ਚੜਿਆ ਕਬੂਤਰ ੜਾਇਆ ਉੱਪਰ ਦੇਖਿਆ ਚਲੋ ਜੀ ਮੁੜ ਕੇ ਆ ਗਿਆ ਮੈਂ ਆਈ ਤੇ ਡੰਡ ਲਾਉਣੇ ਸ਼ੁਰੂ ਕੀਤੇ ਬਾਬਿਓ ਤੁਸੀਂ ਮੈਨੂੰ ਨਾ ਵੀਰ ਥੋੜਾ ਹੌਸਲਾ ਜ਼ਰੂਰ ਦਿਓ ਹੈਂ ਮੋਟੀਵੇਟ ਕਰਿਓ ਡੀਮੋਟੀਵੇਟ ਕਰਨ ਵਾਲੇ ਬਹੁਤ ਆ ਤੁਸੀਂ ਮੋਟੀਵੇਟ ਕਰਿਓ ਪੋਜ਼ਿਟਿਵ ਵੇ ਠੀਕ ਆ ਅੱਜ 11ਵਾਂ ਦਿਨ ਆ ਬਾਬਿਓ ਬਸ ਜਦੋਂ ਮਹੀਨਾ ਪੂਰਾ ਹੋ ਗਿਆ ਲਾਹ ਦੇਣੀ ਟੀ-ਸ਼ਰਟ ਠਾ ਕਰਕੇ ਠੀਕ ਆ ਵੀਰ ਪਹਿਲਾਂ ਲਾਏ ਡੰਡ ਜ਼ਬਰਦਸਤ 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 ਓਕੇ ਦੇਣ ਡੰਡ ਲਾਉਣ ਤੋਂ ਬਾਅਦ ਫੇਰ ਤੁਹਾਡਾ ਵੀਰ ਬਹੁਤ ਇਕਰਾਮਾਤੀ ਚੀਜ਼ ਕਰਨ ਲੱਗਿਆ ਪਹਿਲਾਂ ਉੱਤੇ ਦੇਖਿਆ ਮੇਰੇ ਕਬੂਤਰ ਬਹੁਤ ਉੱਤੇ ਸੀਗੇ ਰੱਸਾ ਚੱਕਿਆ ਤੇ ਤੇ ਤੇਰੀ ਲੈ ਤੇਰੀ ਦਿੱਤੇ ਇ ਲੈ ਤੇਰੀ ਰੱਸੇ ਦਾ ਸਪ੍ਰਿੰਗ ਰੋਲ ਬਣਾਤਾ ਰੱਸੇ ਦਾ ਸਪ੍ਰਿੰਗ ਰੋਲ ਬਣਾਇਆ ਸਪ੍ਰਿੰਗ ਰੋਲ ਬਣਾਉਣ ਤੋਂ ਬਾਅਦ ਜਦੋਂ ਐਂਡ ਹੋਣ ਵਾਲਾ ਸੀਗਾ ਐਂਡਲੇ ਟਾਈਮ 'ਚ ਫਿਰ ਮੈਂ ਥੱਕ ਗਿਆ ਸੀ ਤੇ ਮਾਰਿਆ ਫਿਰ ਹਲਕਾ ਜਿਹਾ ਸਟਾਈਲ ਆ ਚੱਕਾ ਚੱਕ ਤੀ ਗਰੀ ਰੁਪੀਆਂ ਚਲੋ ਜੀ ਫਿਰ ਉਸ ਤੋਂ ਬਾਅਦ ਮੈਂ ਆਪਦੀ ਖਬੀ ਲੱਤ ਠੀਕ ਹੈ ਜੀ ਤੇ ਇੱਕ ਰੱਸਾ ਕੀਤਾ ਕੀਤਾ ਬਾਈ ਬਹੁਤ ਲੰਬੇ ਟਾਈਮ ਆ ਤਾਂ ਤੁਹਾਨੂੰ ਮੈਂ ਆਪਣੇ ਸ਼ਾਰਟ ਸੀ ਦਿਖਾ ਰਿਆਂ ਠੀਕ ਹੈ ਨਾ ਕੀਤਾ ਬਹੁਤ ਲੰਬੇ ਟਾਈਮ 40 ਮਿੰਟ ਪਸੀਨਾ ਧੂੜ ਘੜਤੇ ਆ ਹੋਰ ਬਹੁਤ ਐਕਸਰਸਾਈਜ਼ਾਂ ਕੀਤੀਆਂ ਮਾਰਨਿੰਗ ਬੜੀ ਅੱਛੀ ਗਈ ਪਹਿਲਾਂ ਮੈਂ ਰੋਜ਼ ਗਾਰਡਨ ਸਾਈਡ ਜਾ ਰਿਆ ਸੀਗਾ ਅੱਜ ਮੈਂ ਕੋਠੇ ਤੇ ਮੈਂ ਕਿਹਾ ਚਲੋ ਮੇਰੇ ਕਬੂਤਰਾਂ ਦੇ ਨਾਲ ਹੀ ਹੈਪੀ ਨਿਊ ਇਅਰ ਮਨਾਉਨੇ ਆ ਠੀਕ ਆ ਬਾਬਿਓ ਕਰਦੇ ਰਹੋ ਨਾਲੇ ਹੋਰ ਕਹਾਂ ਐਕਸਰਸਾਈਜ਼ ਦੇਖਿਓ ਮੈਂ ਪੂਰੀ ਐਨ ਕੈਮ ਕਰਨ ਦੀ ਕੋਸ਼ਿਸ਼ ਕਰੂੰਗਾ ਠੀਕ ਆ ਸਪੋਰਟ ਮੀ ਵੋਟ ਮੀ ਲਵ ਯੂ ਆਲ ਆ ਬਾਈ ਐਂ ਜਾ ਰਹਿਂ ਕਰਦੇ ਕਰਦੇ ਵੀਡੀਓ ਦੇ ਬਹਾਨੇ ਸ਼ਰੀਰ ਤਾਂ ਬਣਾ ਲਾਂਗੇ ਐਂ ਜੀ ਐਵੇਂ ਹੀ ਲੈਸ ਜੇ ਹੋਏ ਪਿਆ ਧੰਨਵਾਦ ਵੀਰੋ ਧੰਨਵਾਦ